ਇੱਕ ਪੁਲਿਸ ਦੇ ਮੁਲਾਜ਼ਮ ਦੇ ਵੱਲੋਂ ਵਿਆਹ ਦੇ ਵਿੱਚ ਸ਼ਰੇਆਮ ਹਵਾਈ ਫਾਇਰ ਕੀਤੇ ਗਏ। ਆਪ ਆਗੂ ਨੇ ਸਬੂਤ ਦਿਖਾਉਂਦੇ ਹੋਏ ਗੰਭੀਰ ਇਲਜ਼ਾਮ ਲਗਾਏ ਨੇ। ਇਹ ਪੁਲਿਸ ਦਾ ਮੁਲਾਜ਼ਮ ਜਲੰਧਰ ਦੇ ਵਿੱਚ ਡਿਊਟੀ ਕਰਦਾ ਹੈ। ਇਲਜ਼ਾਮ ਇਸ 'ਤੇ ਨਾਜਾਇਜ਼ ਅਸਲਾ ਰੱਖਣ ਦੇ ਵੀ ਨੇ। ਅੰਮ੍ਰਿਤਸਰ ਦੇ ਤਰਸਿੱਕੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ, ਜਿਸ ਦੇ ਵਿੱਚ ਪੁਲਿਸ ਅਧਿਕਾਰੀ ਇੱਕ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚਲਾਉਂਦਾ ਦਿਸ ਰਿਹਾ, ਜੋ ਇਸੇ ਦੇ ਹੀ ਪਿੰਡ ਦਾ ਰਹਿਣ ਵਾਲਾ ਉਸ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉੱਥੇ ਹੀ ਇਸ ਵੀਡੀਓ ਦੇ ਬਾਰੇ ਜਦ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਵਿਅਕਤੀ ਸਾਹਮਣੇ ਆਇਆ ਜਿਸ ਦਾ ਨਾਮ ਤੇਜਿੰਦਰ ਸਿੰਘ ਸੀ। ਉਸ ਦੇ ਵੱਲੋਂ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ 'ਤੇ ਇਲਜ਼ਾਮ ਲਗਾਏ ਗਏ ਕਿ ਉਸਨੇ ਡਰਾਉਣ ਧਮਕਾਉਣ ਦੇ ਲਈ ਇਸ ਤਰੀਕੇ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ। ਉੱਥੇ ਹੀ ਤਰਸੇਮ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਨੇ ਕਿ ਇਸ ਦੇ ਉੱਪਰ ਸਖ਼ਤ ਕਾਰਵਾਈ ਕੀਤੀ ਜਾਵੇ ਔਰ ਜਿੰਨੇ ਵੀ ਇਸਦੇ ਕੋਲ ਹਥਿਆਰ ਨੇ ਉਹਨਾਂ ਦੀ ਜਾਂਚ ਹੋਵੇ, ਕਿਉਂਕਿ ਇਸ ਦੇ ਕੋਲ ਉਹਨਾਂ ਨੂੰ ਸ਼ੱਕ ਹੈ ਕਿ ਨਾਜਾਇਜ਼ ਹਥਿਆਰ ਨੇ। ਇਸ ਕਰਕੇ ਪੂਰੀ ਜਾਂਚ ਹੋਵੇ ਔਰ ਇਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ। ਜੀ, ਮੇਰਾ ਨਾਮ ਤੇਜਿੰਦਰ ਸਿੰਘ ਹੈ। ਤੇਜਿੰਦਰ ਸਿੰਘ ਜੀ, ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਗੋਲੀਆਂ ਚੱਲਣ ਦੀ, ਉਹ ਕਿੱਥੋਂ ਦੀ ਵੀਡੀਓ ਔਰ ਕੌਣ ਵਿਅਕਤੀ ਆ ਜੀ ਉਹ? ਜੀ, ਉਹ ਮੇਰੇ ਪਿੰਡ ਦਾ ਹਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ, ਵਾਸੀ ਡੇਰੀ ਵਾਲੇ, ਪੰਜਾਬ ਪੁਲਿਸ ਦੀ ਨੌਕਰੀ ਕਰਦਾ ਜੀ। ਇਹਦੇ ਕੋਲ ਬਹੁਤ ਚਿਰ ਦੇ ਨਜਾਇਜ਼ ਹਥਿਆਰ ਸਿਕਸਰ ਲਈ ਕਰਦਾ। ਜਦ ਕੋਈ ਵਿਆਹ ਸ਼ਾਦੀ ਫੰਕਸ਼ਨ ਹੁੰਦਾ, ਉਹਦਾ ਸ਼ਕਤੀ ਪ੍ਰਦਰਸ਼ਨ ਕਰਦਾ, ਲੋਕਾਂ ਨੂੰ ਦਹਿਸ਼ਤ ਭਰਿਆ ਮਾਹੌਲ ਦੇ ਵਿੱਚ, ਉਹਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ। ਉਹ ਤੋਂ ਇਲਾਵਾ ਹੋਰ ਵੀ ਮੇਰੇ ਕੋਲ ਸਬੂਤ ਤੁਹਾਨੂੰ ਮੈਂ ਪੇਸ਼ ਕਰ ਦਿੰਦਾ ਕਿ ਇਹ ਕਿ ਦਹਿਸ਼ਤ ਪਿੰਡ ਵਿੱਚ ਬਹੁਤ ਜ਼ਿਆਦਾ ਪਾਉਂਦਾ। ਕੀ ਕਾਰਨ ਕੀ ਹੈ ਇਹਦੇ ਪਿੱਛੇ? ਦਹਿਸ਼ਤ ਪਾਉਣ ਦਾ ਕਾਰਨ ਕੀ, ਕੋਈ ਪੁਰਾਣੀ ਰੰਜਿਸ਼ ਹੈ ਕੀ, ਕਾਰਨ ਕੀ ਹੈ? ਨਹੀਂ, ਕੋਈ ਬਿਲਕੁਲ ਕੋਈ ਰੰਜਿਸ਼ ਨਹੀਂ ਜੀ। ਸਿਰਫ ਜੇ ਕੋਈ ਸਾਡੇ ਕੋਈ ਚੰਗੇ ਕੰਮ ਕਰਦੇ ਆ, ਜੋ ਕੋਈ ਪ੍ਰਸ਼ੰਸਾ ਕਰਦੇ ਆ, ਕੋਈ ਜਰ ਨਹੀਂ ਹੁੰਦਾ, ਉਹਨਾਂ ਨੂੰ ਧਮਕੀਆ ਦਿੰਦਾ, ਉਹਦਾ ਵੀ ਤੁਹਾਨੂੰ ਪ੍ਰੂਫ ਮੁਹੱਈਆ ਕਰਵਾ ਦਿੰਦਾ ਤੁਹਾਨੂੰ ਮੈਂ। ਤੁਸੀਂ ਕੀ ਬੇਸਿਕਲੀ ਕੀ ਕਰਦੇ ਕਿ ਤੁਸੀਂ? ਜੀ, ਮੈਂ ਇਸ ਟਾਈਮ ਪਿੰਡ ਦੇ ਵਿੱਚ ਖੇਤੀਬਾੜੀ ਕਰਦਾ। ਅਤੇ ਕੋਈ ਤੁਸੀਂ ਇਲੈਕਸ਼ਨ ਲੜਨ ਦੇ ਚਾਹ ਬਣ ਰਹੇ ਹੋ? ਬਿਲਕੁਲ, ਚਲੋ ਮੇਰਾ ਪਿੰਡ, ਮੇਰਾ ਭਾਈਚਾਰਾ ਔਰ ਮੇਰੇ ਸਮਰਥਕ ਚਾਹੁੰਦੇ ਆ ਕਿ ਤੂੰ ਇਲੈਕਸ਼ਨ ਲੜ। ਜਦ ਕੋਈ ਵੀ ਇਹੋ ਜਿਹੀ, ਇਹਦੀ ਮਨਸ਼ਾ ਇਹੀ ਹੈ ਕਿ ਇਹਨੂੰ ਪਿੰਡ ਦੇ ਵਿੱਚ ਵਧਣ ਨਾ ਦਿੱਤਾ ਜਾਵੇ। ਉਹ ਬਿਲਕੁਲ ਇਸੇ ਸੰਬੰਧ ਦੇ ਵਿੱਚ ਇਹਨੇ ਕੱਲ੍ਹ ਬਹੁਤ 60-70 ਮੁੰਡੇ ਗਰਾਊਂਡ ਦੇ ਵਿੱਚ ਸੱਦ ਕੇ ਹੱਲਾ ਗੋਲਾ ਕਰਨ ਦੀ ਕੋਸ਼ਿਸ਼, ਇਹਨੇ ਬਾਅਦ 'ਚ ਮੈਨੂੰ ਕਾਲ ਵੀ ਕੀਤੀ ਕਿ ਤੂੰ ਗਰਾਊਂਡ ਦੇ ਵਿੱਚ ਆ, ਉਹਦਾ ਵੀ ਤੁਹਾਨੂੰ ਸਬੂਤ ਤੁਹਾਨੂੰ ਮੈਂ ਮੁਹੱਈਆ ਕਰਵਾ ਦੂੰਗਾ। ਸਿਰਫ ਇਹਦਾ ਇੱਕ ਮਨਸ਼ਾ ਸੀ ਕਿ ਇਹਨੂੰ ਡਰਾਇਆ ਧਮਕਾਇਆ ਜਾ ਸਕੇ, ਕਿ ਇਹ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਮੈਂ। ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਗੈਂਗਸਟਰਸ ਦੇ ਖਿਲਾਫ ਬਹੁਤ ਸੰਜੀਦਾ ਹੈ, ਕਾਫੀ ਹਥਿਆਰ ਵੀ ਫੜੇ ਜਾ ਰਹੇ ਨੇ, ਕੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਕਿ ਇਸਦੇ ਹਥਿਆਰਾਂ ਦੀ ਜਾਂਚ ਹੋਣੀ ਚਾਹੀਦੀ ਹੈ? ਹਾਂ ਬਿਲਕੁਲ, ਇਹਦੇ ਨਜਾਇਜ਼ ਹਥਿਆਰਾਂ ਦੀ ਜਾਂਚ ਪੜਤਾਲ ਕਰਕੇ ਇੱਥੇ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਕੱਲ੍ਹ ਇਹਨੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਇਹਨਾਂ ਨੂੰ। ਤੁਸੀਂ ਪੁਲਿਸ ਅਧਿਕਾਰੀਆਂ ਤੋਂ ਮਿਲੇ ਹੋ, ਕੀ ਉਹਨਾਂ ਨੇ? ਹਾਂ, ਉਹਨਾਂ ਨੇ SHO ਤਰਸਿੱਕਾ, ਉਹਨਾਂ ਨੇ ਕਿਹਾ ਕਿ ਇੱਥੇ ਅੱਜ ਠੀਕ ਕਾਰਵਾਈ ਕੀਤੀ ਜਾਊਗੀ। ਵੇਖੋ ਜੀ, ਉਹਨਾਂ ਨੇ ਯਕੀਨ ਦਵਾਇਆ ਤਾਂ ਜ਼ਰੂਰ ਕਰਨਗੇ, ਲੇਕਿਨ ਜਿੰਨਾ ਚਿਰ ਤੱਕ ਨਹੀਂ ਹੁੰਦੀ ਕਾਰਵਾਈ, ਉਨੇ ਚਿਰ ਤੱਕ ਤਾਂ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ। ਬਿਲਕੁਲ ਜੀ ਬਿਲਕੁਲ, ਉਨੇ ਚਿਰ ਅਸੀਂ ਵੇਟ ਕਰਦੇ ਹਾਂ। ਅਤੇ ਜੇਕਰ ਇੱਥੇ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਵੀ ਮਿਲੋਗੇ ਜਾ ਕੇ, ਅੰਮ੍ਰਿਤਸਰ ਦੇ SSP ਨੂੰ ਜਾਂ ਉਹਨਾਂ ਨੂੰ ਮਿਲੋਗੇ ਤੁਸੀਂ ਜਾ ਕੇ? ਬਿਲਕੁਲ ਜੀ, ਜੇ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਉੱਚ ਅਧਿਕਾਰੀਆਂ ਤੋਂ ਲੈ ਕੇ ਮੈਂ ਕੋਰਟ ਤੱਕ ਵੀ, ਕੋਰਟ ਦਾ ਦਰਵਾਜ਼ਾ ਵੀ ਖੜਕਾਊਂਗਾ। ਕਿਹੜੀ ਪਾਰਟੀ ਤੋਂ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ? ਜੀ ਮੈਂ ਆਮ ਆਦਮੀ ਪਾਰਟੀ।
ਜੇ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਆਮ ਆਦਮੀ ਪਾਰਟੀ ਦੇ ਸਰਪੰਚ ਹੀ ਨਹੀਂ ਇੱਥੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ, ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੁਸੀਂ ਇਸ ਬਾਬਤ ਲਿਖੋਗੇ ਕਿ ਇਸ ਤਰ੍ਹਾਂ ਦੇ ਗਲਤ ਅੰਸਰਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ? ਨਹੀਂ, ਵੇਖੋ ਜੀ, ਜਿੱਥੋਂ ਤੱਕ ਪਾਰਟੀ ਦਾ ਸੰਬੰਧ ਹੈ, ਮੈਨੂੰ ਇਹ ਯਕੀਨ ਹੈ ਕਿ ਇਹ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਬੜਾਵਾ ਨਹੀਂ ਦੇਣਗੇ। ਜਿੱਥੋਂ ਤੱਕ ਇਸ ਇਨਸਾਨ ਦੀ ਗੱਲ ਆ, ਇਹ ਸਿਰਫ ਇੱਕ ਪਿੰਡ ਦੀ ਸ਼ਰਾਰਤੀ ਅੰਸਰਾਂ ਨੇ ਇਹਨੂੰ ਚੱਕ ਕੇ ਇਹਨੂੰ ਇਸ ਪਾਸੇ ਲਾਇਆ ਕਿ ਇਹਨਾਂ ਕੋਈ ਪਰਚੋ ਪਰਚੀ ਹੋ ਕੇ ਕਿ ਇਲੈਕਸ਼ਨ ਨਾ ਲੜ ਸਕੇ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰੋ ਕਿ ਇਸ ਤਰ੍ਹਾਂ ਦੇ ਬੱਚਿਆਂ ਦੇ ਖਿਲਾਫ਼ ਕਾਰਵਾਈ ਕਰੋ। ਬਿਲਕੁਲ ਜੀ, ਬਿਲਕੁਲ, ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ, ਉਹਨਾਂ 'ਤੇ ਮੈਨੂੰ ਪੂਰਨ ਯਕੀਨ ਵੀ ਆ, ਵਿਸ਼ਵਾਸ ਵੀ ਆ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਆ, ਕਿ ਇਹਨਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਨੱਥ ਜ਼ਰੂਰ ਪਾਉਣਗੇ। ਪਹਿਲਾਂ ਵੀ ਇਸ ਵਿਅਕਤੀ ਦੇ ਖਿਲਾਫ਼ ਇਸ ਤਰ੍ਹਾਂ ਦੀ ਕੋਈ ਕਾਰਵਾਈ ਹੋਈ ਹੈ ਜਾਂ ਇਸ ਤਰ੍ਹਾਂ ਦੀ ਉਹਨਾਂ ਨੇ ਗੋਲੀਆਂ? ਇਹ ਅਕਸਰ ਹੀ ਆਮ ਹੀ ਜਦੋਂ ਕੋਈ ਫੰਕਸ਼ਨ ਜਾਂ ਕੋਈ ਹੁੰਦਾ ਹੱਲਾ ਗੁੱਲਾ ਕਰਦਾ ਜੀ, ਇਹ ਜਿੱਦਾਂ ਕੋਈ ਹੱਲਾ ਗੁੱਲਾ ਇਸ ਤਰ੍ਹਾਂ ਕਰਦਾ ਕਿ ਸ਼ਕਤੀ ਪ੍ਰਦਰਸ਼ਨ ਜਿਹਾ ਕਰਦਾ, ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਗੋਲੀਆਂ ਚਲਾ। ਬਿਲਕੁਲ ਜੀ, ਬਿਲਕੁਲ, ਜੋ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਬਸ ਇੱਦਾਂ ਕਰਕੇ। ਸਿਰਫ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ? ਡਰਾਉਣ ਦੀ ਕੋਸ਼ਿਸ਼ ਕੀਤੀ। ਤੁਸੀਂ ਜੇਕਰ ਤੁਹਾਨੂੰ ਇਨ ਫਿਊਚਰ ਜੇਕਰ ਕੋਈ ਪ੍ਰੋਬਲਮ ਹੁੰਦੀ ਆ, ਕੀ ਕਿਹਨੂੰ ਜ਼ਿੰਮੇਵਾਰ ਸਮਝਦੇ ਕਿ ਜੇਕਰ ਇਸ ਤਰ੍ਹਾਂ ਦੀ ਪ੍ਰੋਬਲਮ ਹੋਈ ਇਨ ਫਿਊਚਰ ਆਉਂਦੀ ਹੈ ਜੀ? ਹਾਂਜੀ, ਜੇ ਕੋਈ ਇਸ ਤੋਂ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਹਰਪ੍ਰੀਤ ਸਿੰਘ ਔਰ ਇਸਦੇ ਜੋ ਕੁਝ ਇਹਦੇ ਸੱਜਣ ਮਿੱਤਰ ਆ, ਚਾਰ ਪੰਜ ਜਣੇ, ਇਹ ਮੈਂ ਉਹਨਾਂ ਨੂੰ ਜੋ ਮੈਂ ਠਹਿਰਾਉਣਾ। ਇਹ ਪੰਜਾਬ ਪੁਲਿਸ 'ਚ ਨੌਜਵਾਨ? ਬਿਲਕੁਲ ਜੀ, ਬਿਲਕੁਲ। ਕਿੱਥੇ ਤੈਨਾਤ ਹੈ ਜੀ? ਸ਼ਾਇਦ ਮੈਨੂੰ ਜਿੱਥੇ ਤੱਕ ਪਤਾ ਜਲੰਧਰ ਥਾਣੇ ਦੇ ਵਿੱਚ ਆਏ। ਅਤੇ ਪੁਲਿਸ ਪ੍ਰਸ਼ਾਸਨ ਨੂੰ ਕਹੋਗੇ ਇਹਦੇ ਖਿਲਾਫ਼ ਕੋਈ ਨਾ ਕੋਈ? ਹਾਂ ਬਿਲਕੁਲ ਜੀ, ਮੈਂ ਪੁਲਿਸ ਪ੍ਰਸ਼ਾਸਨ ਔਰ ਉੱਚ ਅਧਿਕਾਰੀਆਂ ਤੋਂ ਮੰਗ ਕਰਦਾ ਕਿ ਇਹ ਸ਼ਰਾਰਤੀ ਅੰਸਰ ਖਿਲਾਫ਼ ਕਾਰਵਾਈ ਦੀ ਮੈਂ ਮੰਗ ਕਰਦਾ। ਤੁਹਾਨੂੰ ਕੋਈ ਫੋਟੋਆਂ ਭੇਜ ਕੇ? ਬਿਲਕੁਲ ਜੀ, ਇਹ ਕੋ 2-3 ਸਾਲ ਪੁਰਾਣੀ ਇਹਦੇ ਲਈ ਫੋਟੋ ਫਿਰ ਇਹਨੇ ਮੇਰੇ ਕੋਲ ਆਈ ਹੈ, ਵਾਇਰਲ ਹੀ ਹੋਈ ਹੈ, ਮੇਰੇ ਕੋਲ ਆਈ ਆ। ਇਸ ਕੋ ਇਹਦੇ ਕੋਲ ਸਿਕਸਰ ਇੱਕ ਬਹੁਤ ਪੁਰਾਣਾ, ਅੱਜ ਤੱਕ ਉਹਦਾ ਪ੍ਰਦਰਸ਼ਨ ਕਰ ਰਿਹਾ। ਇਹ ਤਜਿੰਦਰ ਸਿੰਘ ਡੇਅਰੀ ਵਾਲਾ ਪਿੰਡ ਆ ਜੀ, ਉਹਨਾਂ ਦਾ ਥਾਣਾ ਤਰਸਿੱਕਾ 'ਚ, ਉਹਨਾਂ ਨੇ ਕੰਪਲੇਂਟ ਕੀਤੀ ਸੀ ਵੀ ਮੈਨੂੰ ਫੋਨ 'ਤੇ ਗਾਲ ਮੰਦਾ ਕੀਤਾ ਵਾ ਪਿੰਡ ਦੇ ਇੱਕ ਹਰਪ੍ਰੀਤ ਸਿੰਘ ਨੇ, ਅਤੇ ਉਹ ਗਾਲ ਮੰਦੇ ਸੰਬੰਧ ਵਿੱਚ ਜੋ ਸਾਡੀ ਕਾਰਵਾਈ ਕਰ ਬਣਦੀ ਸੀ ਅਸੀਂ ਰਿਪੋਰਟ ਲਿਖਤੀ ਆ। ਉਸ ਤੋਂ ਇਲਾਵਾ ਇੱਕ ਉਹਨਾਂ ਮੈਨੂੰ ਵੀਡੀਓ ਦਿਖਾਈ ਸੀ ਜੀ, ਉਹਦੇ 'ਚ ਹਰਪ੍ਰੀਤ ਸਿੰਘ ਜਿਹੜਾ ਵਾ ਉਹ ਫਾਇਰ ਕਰਦਾ ਨਜ਼ਰ ਆ ਰਿਹਾ। ਉਹ ਵੀਡੀਓ ਕਿੱਥੋਂ ਦੀ ਹੈ ਅਤੇ ਕਦੋਂ ਦੀ ਹੈ? ਜਦੋਂ ਮਤਲਬ ਜੇ ਸਾਡੇ ਇਲਾਕੇ 'ਚ ਹੁੰਦੀ ਤਾਂ ਆਪਾਂ ਉਸੇ ਵੇਲੇ ਉੱਤੇ ਜੋ ਕਾਰਵਾਈ ਬਣਦੀ ਹੈ ਲੀਗਲ ਕਾਰਵਾਈ ਕਰਾਂਗੇ ਜੀ। ਸਰ, ਵੀਡੀਓ ਦੀ ਫੋਰੈਂਸਿਕ ਕਰਵਾਈ ਜਾਏਗੀ ਜਾਂ ਕਿਉਂਕਿ ਝੂਠ ਵੀ ਬੋਲਦੇ ਹੋ? ਨਹੀਂ, ਫਿਲਹਾਲ ਫੋਰੈਂਸਿਕ ਨਹੀਂ ਕੁਛ ਵੀ ਕਰਾਂਗੇ ਆਪਾਂ, ਜਿਹੜਾ ਪਤਾ ਲੱਗਾ ਸਾਨੂੰ ਵੀ ਜਿਹੜੇ ਵਿਆਹ ਦੀ ਹੈ, ਮੈਰਿਜ ਦੀ ਆ, ਆਪਾਂ ਉੱਥੋਂ ਵੈਰੀਫਾਈ ਕਰਦੇ ਹਾਂ। ਜੇ ਸਾਨੂੰ ਲੱਗਾ ਵੀ ਇੱਥੇ ਉਹਨਾਂ ਕੁਛ ਕੀਤਾ ਤਾਂ ਜੋ ਕਾਨੂੰਨੀ ਕਾਰਵਾਈ ਬੰਦੀ ਕਰਾਂਗੇ ਜੀ। ਫਾਇਰ 4-5 ਸ਼ਾਇਦ ਉਹਦੇ ਵੀਡੀਓ 'ਚ ਹੈਗੇ ਨੇ, ਬਟ ਉਹ ਕਿੱਥੋਂ ਦੀ ਆ ਇਹ ਗੱਲ ਕਲੀਅਰ ਨਹੀਂ ਹੈ। ਕਲੀਅਰ ਕਰਦੇ ਹਾਂ ਜੀ, ਕਲੀਅਰ ਕਰਨ ਤੋਂ ਬਾਅਦ ਜੋ ਕਾਰਵਾਈ ਹੋਈ ਕਰਾਂਗੇ ਜੀ।